इस वीडियो कॉपीराइट फेयर यूज का इस्तेमाल किया गया है, जिस तरह केस के वर्तियां गई किसी भी वीडियो से कोई भी कॉपीराइट स्ट्राइक नहीं पा सकते। जे कोई कॉपीराइट स्ट्राइक पाता है तो अकॉर्डिंग टू एक्ट उन वापस कॉपीराइट स्ट्राइक मिलेगी। इस करके अपनी निक्की का रिश्ता ना दो तो वीडियो बस इंजॉय करो। धन्यवाद। यह वीडियो कुछ माड़े ओनर्स लिए है। पंजे उंगलियां एक बराबर नहीं होंदियां, पर कुछ एहजे होंदे ने जो बाकी चंगियां नूं भी माड़ा बनाउंदे ने। निकलना तो देखो पैना जे तुहानूं लगदा मैं तेरे ता महीना होर इदां रहण दूंगी तुहानूं लगदा तुहानूं हजे भी कहनी आ तुसीं क्या ही कत्ते नूं चल जाणा, समान चुको अपना बाहर चल जाओ, नहीं तो मैं इत्थे खड़ी हाँ, मैं तो खड़ी हाँ ਸਹਿਨ ਹੈਗੇ ਉਹਦੇ ਉੱਤੇ ਸਹਿਨ ਇਹਨਾਂ ਨੇ ਤਰੱਕੀਆਂ ਕਰਨੀਆਂ ਚਾਬੀਆਂ ਕਿਸੇ ਦੀ ਭਰੀਆਂ ਨਾ ਲਿਆ ਕਰੋ। ਉੱਥੋਂ ਲੋਨ ਚੱਕ ਚੱਕ ਕੇ ਆ ਗਏ ਸਾਰੀ ਹਿਸਟਰੀ ਨੇ ਇੱਦਾਂ ਲੋਨ ਪ੍ਰੋਗਰਾਮ ਸਾਰੀ ਹਿਸਟਰੀ ਮੈਨੂੰ ਆਲਰੇਡੀ ਪ੍ਰਿਤਪਾਲ ਨੇ ਸਾਰੀ ਦੱਸਤੀ ਸਾਰੀ ਹਿਸਟਰੀ। ਦੇਖ ਨਿਕਲਣਾ ਤਾਂ ਪੈਣਾ ਠੀਕ ਆ, ਜਿਹੜਾ ਰੈਂਟ ਤੇ ਰਹਿੰਦਾ ਮੈਂ ਤੈਨੂੰ ਕਿਹਾ ਨਿਕਲੋਗੇ ਤੇ ਰੈਂਟ ਲੋਗੇ, ਨਹੀਂ ਤਾਂ ਨਹੀਂ ਲੋਗੇ ਰੈਂਟ। ਇਹਨਾਂ ਦਾ ਕੁਝ ਵੀ ਨਹੀਂ ਬਣਨਾ ਇੱਥੇ, ਆਪਾਂ ਤਾਂ ਪਤਾ ਨਹੀਂ ਕਿੱਦਾਂ ਸੱਤ ਸੱਤ ਬੰਦੇ ਇੱਕ ਬੇਸਮੈਂਟ 'ਚ ਰੱਖ ਕੇ ਬਣਾ ਲਿਆ ਆਪਣਾ ਕੁਝ, ਇਹਨਾਂ ਦਾ ਕੁਝ ਵੀ ਨਹੀਂ ਬਣਨਾ। ਚੁਕੁੰਦਰੇ ਜੇ ਪਤਾ ਨਹੀਂ ਕਿੱਥੋਂ ਇੱਥੇ ਆ, ਜਿਹੜੀ ਚੁੰਗੇ ਪੁੰਗੜੇ ਵਾਲੀਆਂ ਕਹਿੰਦਾ ਇੱਥੇ ਨਹੀਂ ਚੱਲਣੀਆਂ, ਚੁੰਗੇ ਪੁੰਗੜੇ ਪਹਿਲੀ ਗੱਲ ਤੇ ਤੇਰੇ ਕੋਲ ਰਾਈਟ ਨਹੀਂ ਹੈਗਾ ਮੇਰੀ ਵੀਡੀਓ ਬਣਾਉਣ ਦਾ। ਵੀਡੀਓ ਸੱਚੀ ਬਣ ਗਈ? ਹਾਂ ਸੱਚੀ ਬਣਾ ਰਿਹਾ। ਜਿਹੜਾ ਤੁਹਾਡਾ ਸੋਡਲ ਰਹਿੰਦਾ ਹੈ ਨਾ ਉਹ ਤਾਂ ਮੈਂ ਦੇ ਦੂੰਗੀ, ਕੱਲ ਹੀ ਦੇ ਦੂੰਗੀ। ਜਿਹੜਾ ਤੁਹਾਡਾ ਸੋਡਲ ਰਹਿੰਦਾ ਮੈਂ ਕੱਲ ਹੀ ਦੇ ਦੂੰਗੀ। ਤੁਹਾਡਾ ਸੋਈ ਰਹਿੰਦਾ ਹੈ ਨਾ ਮੈਂ ਦੇ ਦੂੰਗੀ। ਆ ਦੇਖੋ ਮੇਰੇ ਇਹਨੇ ਦੰਦੀ ਇੱਥੇ ਵੀ ਕੀਤਾ, ਹੁਣ ਬਣਾਉਣਾ ਤਾਂ ਪਟਣਾ ਉਹ ਜਾਦੀ ਚੜਾਈ ਨੇ ਨਹੀਂ ਕਦੇ ਘਟਣਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਰਜਣੇ ਠੀਕ ਹੋਵੋਗੇ। ਅੱਜ ਦੇਖਾਂਗੇ ਤਵਲੀਨ ਭਾਬੀ ਦਾ ਤੜਕਦਾ ਫਿਰਦਾ ਜਲਵਾ ਨਾਲੇ, ਮੈਂ ਕਹਿੰਦੇ ਮਾਰੀ ਇੰਡੀਆ ਵੱਲ ਉਡਾਰੀ ਤੇ ਕੁੜੀਆਂ ਨੇ ਕਮਲੇ ਕੀਤੇ ਲਲਾਰੀ। ਗੱਲ ਸੁਣ ਲਲਾਰੀ ਆਵੇ ਤੇ ਨਾਲ ਦੀ ਨਾਲ ਠੋਕਾਂਗੇ ਕੁਲੜ ਪੀਜੇ ਵਾਲਾ ਕੱਪਲੇ ਜੋ ਜਲੰਧਰ ਵਿੱਚ ਫਿਰ ਹੋਇਆ ਚੋੜਾ, ਮਤਲਬ ਫਰੈਸ਼ ਸ਼ੂਟ ਵਾਲੇ ਮਿਲ ਕੇ ਦੇਣਗੇ ਖੱਟਾ ਮਿੱਠਾ ਤੇ ਕੋੜਾ ਲੋੜਾ। ਸਭ ਤੋਂ ਪਹਿਲਾਂ ਵੱਧਦੇ ਹੋਏ ਰਿਸੈਸ਼ਨ ਨਾਲ ਨਿਗਾਹ ਪਾਈਏ, ਮਤਲਬ ਮੈਕ ਤੇ ਰਵੀ ਨੂੰ ਬੁਲਾਈਏ। ਇਹ ਮੈਕ ਇੰਡੀਆ ਜਾ ਰਹੀ ਆ ਜੀ ਸੱਚੀਓ, ਤੇ ਮੈਕ ਦਸੰਬਰ ਚ ਆਈ ਸੀ ਨਾ ਤੇ ਇਹਨੇ ਹੁਣ ਚਲੀ ਜਾਣਾ ਲਗਭਗ। ਤੁਹਾਨੂੰ ਕਾਰਨ ਵੀ ਦੱਸਦੇ ਵੀ ਕਿਉਂ ਜਾਣਾ ਪੈ ਰਿਹਾ। ਇੱਕ ਤਾਂ ਉਦਾਂ ਵੀ ਜੀ ਕਰਦਾ ਸੀ ਉਹ ਸਾਈਡ ਤੇ ਰਹਿ ਗਈ, ਉਹਨੂੰ ਅਵੋਇਡ ਕੀਤਾ ਜਾ ਸਕਦਾ ਸੀ, ਪਰ ਛੋਟੀ ਜਿਹੀ ਮਜਬੂਰੀ ਵੀ ਸੀਗੀ। ਆਹੋ ਮਜਬੂਰੀ ਨੂੰ ਤਾਂ ਸਮਰਾਟ ਕਿਲਵਿਸ਼ ਨੇ ਇਹਦੇ ਬੱਚੇ ਕਿਡਨੈਪ ਕੀਤੇ ਸੀ। ਸਿੱਧਾ ਕਹੋ ਨਾ ਕਿ ਕੰਮ ਕਰ ਤੋਂ ਵਿਹਲੇ ਆ ਤੇ ਹਡਰਾਮੀ ਦੇ ਚੇਲੇ ਆ, ਮਤਲਬ ਆਮਦਨੀ ਠੰਨੀ ਤੇ ਖਰਚਾ $650 ਪਰ ਮੰਥ। ਪਹਿਲਾਂ ਤਾਂ ਗਣਾ ਲੱਗਦਾ ਸੀ ਲੈ ਜਾ ਉੱਥੇ ਜਿੱਥੇ ਪਿੰਦੀ ਆ ਸਨੋਅ ਵੇ, ਤੇ ਹੁਣ ਸਨੋਅ ਦੇ ਨਾਲ ਜਦੋਂ ਚੜੇ ਮਹੀਨੇ ਬਿੱਲ ਵੀ ਆਉਂਦਾ ਤਾਂ ਹੁਣ ਗਣਾ ਲੱਗਦਾ ਮੇਰਾ ਕੀ ਆ ਵਿਦੇਸ਼ਾਂ 'ਚ ਹਾਲ, ਮੇਰੀ ਮਾਂ ਨੂੰ ਨਾ ਦੱਸਿਓ। ਖਪਦਾ ਉਹਦਾ ਲਾਲ ਮੇਰੀ ਮਾਂ ਨੂੰ ਨਾ ਦੱਸਿਓ। ਮੈਕ ਨੂੰ ਥੋੜਾ ਜਿਹਾ ਔਖਾ ਲੱਗਿਆ ਸੀ ਕੈਨੇਡਾ ਆ ਕੇ, ਕਿਉਂਕਿ ਇੱਕ ਤਾਂ ਹਨੇਰਾ ਲੱਗਦਾ ਸੀ ਇਹਨੂੰ, ਸਰਦੀਆਂ ਦੇ ਵਿੱਚ ਤਾਂ ਸਪੈਸ਼ਲੀ ਸਨੋਅ ਪੈਂਦੀ ਹੈ ਤੇ ਦਿਨ ਬਹੁਤ ਛੋਟੇ ਹੋ ਜਾਂਦੇ ਨੇ, ਤੇ ਜਿਹੜਾ ਬੰਦਾ ਹੁਣ ਮੈਕ ਉਹਨਾਂ ਦਾ ਜਿਹੜਾ ਪੇਕੇ ਵਾਲਾ ਘਰ ਹੈ ਇਹਨਾਂ ਦਾ, ਉਹ ਕਿੰਨੇ ਖੁੱਲਾ ਜਿਹਾ ਘਰ ਆ ਹਨਾ, ਤੇ ਜਿਹੜਾ ਬੰਦਾ ਉਹ ਜੇ ਮਾਹੌਲ ਚੋਂ ਆਇਆ ਉਹਨੂੰ ਇਹ ਚੀਜ਼ ਥੋੜੀ ਔਖੀ ਲੱਗਦੀ। ਜਿਹੜਾ ਖੁੱਲੇ ਮੋਲੂ ਨੂੰ ਬ੍ਰੈਮਲੀ ਸਿਟੀ ਸੈਂਟਰ ਦੀ ਪਾਰਕਿੰਗ 'ਚ ਮੰਜਾ ਡਾ ਦਈਏ, ਸਾਰੇ ਇੱਥੇ ਬੇਸਮੈਂਟ 'ਚ ਰਹਿੰਦੇ ਨੇ, ਨਹੀਂ ਤਾਂ ਗੱਲ ਕਰ ਕਵੀ ਸ਼ਰਮਾ ਤੋਂ, ਤੈਨੂੰ 3-bedroom ਡਿਟੈਚ ਹੋਮ ਦਵਾ ਦਿੰਦਾ, ਨਾਲੇ ਅਗਲੀ ਵੇਚੂਗੀ ਵੀ ਸਟਾਈਲ ਨਾਲ। ਉਹ ਗੱਡੀਆਂ ਉੱਚੀਆਂ ਰੱਖੀਆਂ ਉਹਨਾਂ ਰਬੋ ਜੱਟ ਦੇ ਪਿੱਛੇ ਆ, ਪਰ ਤੂੰ ਮੈਨੂੰ ਬਾਲੀ ਹੀ ਜਾਚੀਦੀ। ਪਤਾ ਨਹੀਂ ਲੱਗ ਰਿਹਾ ਕਰ ਦੇ ਰਹੀ ਹੈ ਜਾਂ ਅਗਲੇ ਸਰੀ ਕਬੱਡੀ ਕੱਪ ਦੀ ਐਡੀਸ਼ਨ। ਖੁੱਲੇ ਪਿੰਡ 'ਚੋਂ ਆਇਆ ਹੋਵੇ ਜਿੱਦਾਂ ਵੀ ਪਰਿਵਾਰ ਜਿੱਦਾਂ ਉਹ ਚੀਜ਼ ਹੁੰਦੀ ਆ, ਉਹਨੂੰ ਥੋੜਾ ਜਿਹਾ ਫਿਰ ਐਡਜਸਟ ਕਰਨਾ ਔਖਾ ਲੱਗਦਾ ਵਾ। ਸਿੱਧਾ ਕਹੋ ਨਾ ਕਿ ਇੱਥੇ ਵਲੌਗ ਨਹੀਂ ਚੱਲਦੇ, ਤੇ ਜਿਹੜੇ 2-3 ਚੱਲੇ ਵੀ ਨੇ ਉਹ ਵੀ ਇਹ ਨੇ ਕਿ ਇੰਡੀਆ ਤੋਂ ਕੌਣ ਆਇਆ ਤੇ ਕੌਣ ਗਿਆ, ਸੋ ਰੀਚ ਨੂੰ ਵਾਪਸ ਲੈ ਕੇ ਆਉਣਾ ਜ਼ਰੂਰੀ ਸੀ, ਸੋ ਇਟ ਵਰਕ ਐਜ਼ ਪਲੈਨਡ। ਤਾਂ ਇਸ ਲਈ ਮੈਂ ਜਾ ਨਹੀਂ ਰਹੇਗਾ, ਦੂਜਾ ਮੇਰੀ ਟੈਕ ਨਹੀਂ ਸਪਾਂਸਰ ਹੋਈ ਹੈਗੀ, ਜੇ ਮੇਰੀ ਟੈਕ ਸਪਾਂਸਰ ਕਰ ਦਿੰਦਾ ਫਿਰ ਸ਼ਾਇਦ ਮੈਂ ਚੱਲ ਜਾਂਦਾ। ਹੁਣ ਵਿਚਾਰੀ ਵੀ ਕੀ ਕਰੇ, ਕਿਉਂਕਿ ਘਰ ਵਾਲਾ ਵੀ ਪਾਕਿਸਤਾਨ ਦੀ ਸਰਕਾਰ ਵਰਗਾ ਮਿਲਿਆ, ਜਿੱਥੇ ਜਾਊਗਾ ਟ੍ਰੇਡ ਦੀ ਗੱਲ ਘੱਟ ਕਰਦਾ ਏਟ ਦੀ ਜ਼ਿਆਦਾ, ਅਗਲੀ ਵੀ ਸੋਚਦੀ ਹੋਣੀ ਕਿ ਦੂਜਾ ਭਰਾ ਤਾਂ ਘਰ ਵੇਚਣ ਵੀ ਲੱਗ ਪਿਆ, ਤੇ ਇਹ ਵਿਚਾਰਾ ਇਹ ਸੋਚੀ ਜਾਂਦਾ ਕਿ ਜੇ ਮੈਂ ਚੱਲ ਗਈ ਤਾਂ ਬੇਸਮੈਂਟ 'ਚ ਸਾਲੇ ਨੂੰ ਰੱਖੂਗਾ, ਚੱਲ ਰੈਂਟ ਅੱਧਾ ਤਾਂ ਕਰ ਲਾਂਗੇ। ਤਾਂ ਹੀ ਆਪਾਂ ਰਿੱਕੀ ਨੂੰ ਸਹੀ ਹਿਸਾਬ ਨਾਲ ਮੂਵ ਕਰਾਤਾ ਸੀਗਾ ਵੀ ਰਿੱਕੀ ਰਹਿ ਲੂਗਾ ਇਧਰ ਨਾਲ। ਹੁਣ ਜੇ ਦਰਾਣੀ ਚੱਲੀ ਆ ਤਾਂ ਜਠਾਣੀ ਕਿਵੇਂ ਪਿੱਛੇ ਰਹਿ ਜੂ? ਚਲੋ ਚਲੋ ਜਲਦੀ ਜਲਦੀ ਪਹੁੰਚੋ, ਇਹ ਨਾ ਹੋਵੇ ਕਿ ਦਰਾਣੀ ਸੱਸ ਤੇ ਜ਼ਿਆਦਾ ਕਲੋਜ਼ ਹੋ ਜੇ ਤੇ ਇੰਡੀਅਨ ਮੋਮ ਕੁਕਿੰਗ ਦੀ ਇੱਕ ਨਵੀਂ ਬ੍ਰਾਂਚ ਖੁੱਲ ਜੇ ਜਾਂ ਸੂਟਾਂ ਦੀ ਦੁਕਾਨ, ਪਹਿਲਾਂ ਉਧਰੋਂ ਆਉਣ ਦੀ ਜਲਦੀ ਹੁੰਦੀ ਤੇ ਇੱਥੇ ਆ ਕੇ ਬੋਲਦੇ ਨੇ। ਲੈ ਕਿੱਡੀ ਕੁ ਗੱਲ ਹੈ, ਆਪਣੀ ਸਪੈਸ਼ਲ ਏਅਰਲਾਈਨ ਤੇ ਛੱਡ ਕੇ ਆਉਂਦੇ ਆ, ਕੂਪਨ ਕੋਡ ਲੋੜਾ ਹੋਰ 70% ਡਿਸਕਾਊਂਟ। ਫਲਾਈ ਲਾਉਡਾ।
सर्विस इज आवर सक्सेस। हीरोइन मुझे बना देना, $7 चढ़ाऊंगी बदले में। जिवें डॉलर सुटी है ना, जिस दिन डॉलर ने तुम सुटिया उस दिन कल आ जू। अगे भी डॉलर ने बड़ी स्टार फीलिंग लैन वाले रवाया वा। और कोई कुछ नहीं कहता। नहीं 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 नहीं, बहुत बधाई एंजल भाभी नु, बहुत बधाई। हफ्ते के पहला रोंदी सी पर अज गड्डी लेके देने वाली भी पंजाबी कम्युनिटी ही आ। बड़ी सर्कुलेट हो रही ਹੁਣ ਕੀ ਕਹਿਣਗੇ ਬਈ, ਦੋਵਾਂ ਸਾਈਡ ਦੀ ਸਟੋਰੀ ਸੁਣੋ ਭਾਈ। ਸਟੋਰੀ ਦੋਵਾਂ ਸਾਈਡ ਦੀ ਕੋਈ ਵੀ ਆ, ਪਰ ਆ ਕੈਨੇਡਾ ਦਾ ਕਾਨੂੰਨ ਆ ਕੇ ਭਾਵੇਂ ਰੈਂਟ ਦਿੱਤਾ ਹੋਵੇ ਭਾਵੇਂ ਨਾ, ਪਰ ਟੀਨੈਂਟ ਬੋਰਡ ਤੋਂ ਬਿਨਾਂ ਤੁਹਾਨੂੰ ਘਰੋਂ ਕੋਈ ਵੀ ਨਹੀਂ ਕੱਢ ਸਕਦਾ। ਤੇ ਨਾਲ ਇਹਨਾਂ ਨੇ ਤਾਂ ਰੈਂਟ ਦਿੱਤਾ ਵੀ ਸੀ 24 ਘੰਟੇ ਦੇ ਨੋਟਿਸ ਦਿੱਤੇ ਤੋਂ ਬਿਨਾਂ ਤੁਸੀਂ ਰੈਂਟਲ ਯੂਨਿਟ ਦੇ ਵਿੱਚ ਐਂਟਰ ਨਹੀਂ ਕਰ ਸਕਦੇ। ਇਹ ਅੰਟਾਰੀਓ ਟੈਨੈਂਟ ਬੋਰਡ ਕਹਿ ਰਿਹਾ ਤੁਹਾਨੂੰ। ਟੈਨੈਂਟਸ ਤੇ ਲੈਂਡਲੋਰਡਸ ਦਾ ਕਾਫੀ ਮੁੱਦਾ ਭਖਿਆ ਹੋਇਆ ਤੇ ਮੈਂ ਕਾਫੀ ਵੀਡੀਓਜ਼ ਵੀ ਦੇਖ ਰਿਹਾ ਜਿਹੜੀਆਂ ਵਾਇਰਲ ਹੋ ਰਹੀਆਂ ਨੇ। ਇਹਦੇ ਵਿੱਚ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਵਾਂ, ਪਹਿਲਾਂ ਤੁਸੀਂ ਸੁਣ ਲਿਆ ਵੀ 24 ਆਵਰਸ ਤੋਂ ਨੋਟਿਸ ਦਿੱਤੇ ਬਿਨਾਂ ਤੁਸੀਂ ਐਂਟਰ ਨਹੀਂ ਕਰ ਸਕਦੇ। ਦੂਜਾ ਜੀ, ਜੇ ਟੈਨੈਂਟਸ ਤੁਹਾਡੇ ਰੈਂਟ ਨਹੀਂ ਪੇ ਕਰ ਰਹੇ ਤਾਂ ਤੁਹਾਨੂੰ LTV ਜਿਹੜਾ ਕਿ ਲੈਂਡਲੋਰਡ ਟੈਨੈਂਟ ਬੋਰਡ ਹੈਗਾ ਵਾ ਉਹਦੇ ਥਰੂ ਜਾਣਾ ਪੈਣਾ ਤੇ ਉਹ ਨੋਟਿਸ ਦੇ ਸਕਦੇ ਨੇ। ਉਹ ਨੋਟਿਸ ਦੇਣ ਤੋਂ ਬਾਅਦ ਹੀ ਤੁਸੀਂ ਟੈਨੈਂਟਸ ਨੂੰ ਇਵਿਕਟ ਕਰ ਸਕਦੇ ਹੋ। ਤੇ ਗਿਉਂਟੀ ਵੀ ਲਾਈਕ ਜਿਵੇਂ ਕਿਮ ਜੋਂਗ ਉਨ ਦੀ ਭੈਣ ਹੋਵੇ ਤੇ ਹੋਵੇ ਨਾਰਥ ਕੋਰੀਆ। ਹਾਂ, ਉਹਨੇ ਕਹਿਤਾ ਸੀ, ਕਹਿੰਦਾ ਕੀ ਕਹਿੰਦਾ ਉਹਨੇ ਕਹਿਤਾ, ਕਹਿੰਦਾ ਜੀ ਓਕੇ ਕਿ ਜਾਣਾ ਤੇ ਤੁਹਾਨੂੰ ਪੈਣਾ ਜੇ ਮੈਂ ਇੱਧੇ ਖੜੇ ਰਹਿਣਾ। ਨਹੀਂ ਨਹੀਂ ਨਹੀਂ, ਕੋਈ ਨਾ ਕੋਈ ਨਾ, ਖੜੇ ਰਹੋ, ਵਧੀਆ ਵਿਊ ਆ ਰਿਹਾ ਵਾ। ਵੈਸੇ ਮੋਟਾ ਗੋਸ਼ਤਾ ਇਹੋ ਜੀ ਪਿੰਡ ਗੋਏ ਦੇ ਬਾਲਟੇ ਚੱਕ ਚੱਕ ਕੰਬਲੀ ਹੋਈ ਹੁੰਦੀ ਤੇ ਇੱਥੇ ਆ ਕੇ ਕਹਿੰਦੀ ਮੈਂ ਤਾਂ ਬਚਪਨ ਤੋਂ ਹੀ ਆਲਮੰਡ ਮਿਲਕ ਪੀਂਦੀ ਆ। ਜੇ ਗੱਲ ਕਰਨੀ ਆ ਤਾਂ ਸਿੰਪਲ ਵਿੱਚ ਵੀ ਹੋ ਸਕਦੀ ਆ, ਪਰ ਇੱਕ ਟਾਈਮ ਤੇ ਆ ਡਬਲ ਬੀ ਪੈਟੀ ਪਤਾ ਕੀ ਕਹਿੰਦੀ। ਤੂੰ ਚੂੜੇ ਬੰਦੇ ਨਹੀਂ ਹੁੰਦੇ। ਵਰਲਡ ਇਜ਼ ਲਿਵਿੰਗ ਇਨ 2023 ਤੇ ਐਂਟੀ ਸਟਿਲ ਲਿਵਿੰਗ ਇਨ 1952। ਪੁਲਿਸ ਇਦਾਂ ਨਹੀਂ ਕਰਦੀ। ਪੁਲਿਸ, ਦਿਸ ਇਜ਼ ਕੈਨੇਡੀਅਨ ਪੁਲਿਸ, ਓਕੇ, ਨਾਟ ਇੰਡੀਅਨ। ਬੜਾ ਸਾਹਬ ਆਂਟੀ ਨੂੰ ਇੰਡੀਅਨ ਪੁਲਿਸ ਦਾ, ਆਹੋ ਜਦੋਂ ਨਾਕਿਆਂ ਤੇ ਚਲਾਨ ਦੀ ਜਗ੍ਹਾ ਦਾ ਨੰਬਰ ਦੇ ਕੇ ਛੁੱਟੀ ਹੋਵੇ ਜਾ ਤਾਂ ਰਹਿੰਦੇ ਹੀ ਆ। ਇੰਡੀਅਨ ਪੁਲਿਸ 'ਚ ਵੀ ਬਹੁਤ ਜ਼ਿਆਦਾ ਇਮਾਨਦਾਰ ਬੰਦੇ ਨੇ। ਸਾਰੀ ਉਮਰ ਖਾਈ ਗਈ ਸਾਗ ਤੇ ਬਾਅਦ 'ਚ ਕਹੂਗੀ ਆਈ ਲਵ ਸਿਪੇਨੀ ਚਾਟੀ ਟੋਕ ਡਿਪ, ਤੇ ਉਹੋ ਜਿਹੇ ਨਾਲ ਘਰ ਵਾਲਾ। ਦਿਖਾਇਓ ਦਿਖਾਇਓ, ਕੋਈ ਚੱਕਰ ਨਹੀਂ, ਦਿਖਾਓ ਤੈਨੂੰ ਤੂੰ ਸਾਨੂੰ ਆਪਣਾ ਆਪਣਾ ਕੀ ਲੱਗਦਾ ਹੈ। ਅਬੇ ਜਲਦੀ ਬੋਲ, ਕੱਲ ਸਵੇਰ ਪਨਵੇਲ ਨਿਕਲਣਾ। ਬਾਕੀ ਜੋ ਸਾਰੀ ਗੱਲ ਆ ਤੁਸੀਂ ਬੀ ਟੌਨ ਟਾਕਸ ਚੈਨਲ ਹੈਗਾ, ਇੱਥੇ ਜਾ ਕੇ ਸਾਰੀ ਗੱਲ ਸੁਣ ਸਕਦੇ ਹੋ। ਬਾਂਹ ਤੇ ਥੋੜੀ, ਮੈਂ ਤਾਂ ਹੱਥ ਚ ਕੀਤਾ ਸੀ। ਤਵਲੀਨ ਭਾਬੀ ਸਰਵੀਨ ਚਾਵਲਾ ਬਣ ਗਈ ਤੇ ਹੇਟ ਸਟੋਰੀ 5 ਚ ਰੋਲ ਹੋ ਗਿਆ ਪੱਕਾ। ਪੰਨੂ ਬੇਟਾ ਸਾਂਭਲ ਅਜੇ ਸਾਂਭੀ ਜਾਂਦੀ ਆ, ਹੋਰ ਬਾਅਦ ਚ ਦੀਪ ਮਠਾਰੂ ਨਾ ਬਣ ਜੀ। ਮੈਂ ਨਾ ਯਾਰ ਸਲਫਾਸ ਖਾ ਲਈ ਹੈ, ਠੀਕ ਆ। ਤੂੰ ਤਾਂ ਭਾਬੀ ਜੀ ਅੱਜ ਕੱਲ ਗਾਣੇ ਵੀ ਇਹੋ ਜਿਹੇ ਪ੍ਰਮੋਟ ਕਰਦੇ ਨੇ। ਤਿਆਰੀ ਬਿੱਲੀ ਤੇਰੀ ਅੱਜ ਲੈ ਕੇ ਜਾਊ, ਜੇ ਮੈਂ ਲਈ ਨਾ ਤਾਂ ਜੱਟ ਨਾ ਕਹਾਊ। ਜਦੋਂ ਮੈਂ ਸਟੋਰੀ ਪਾਈ ਉਦੋਂ ਜਾ ਕੇ ਰੀਲ ਡਿਲੀਟ ਕਰਤੀ, ਪਰ ਉਦੋਂ ਤੱਕ ਵਲੋਗਰਾਂ ਦੇ ਰੀਲ ਪਾਪਾ ਡਾਊਨਲੋਡ ਤੇ ਸਕਰੀਨਸ਼ਾਟ ਲੈ ਚੁੱਕੇ ਸੀ। ਮੰਨਦੇ ਆ ਪ੍ਰਮੋਸ਼ਨ ਹੁੰਦੀ ਆ, ਪਰ ਬੰਦਾ ਗਾਣਾ ਤਾਂ ਦੇਖ ਕੇ ਸਿਲੈਕਟ ਕਰ ਸਕਦਾ। ਔਖੇ ਵੇਲੇ ਖੜੂ ਨਾਲ ਸਾਲਾ, ਜਦੋਂ ਵਿਊ ਕੱਟਣਗੇ ਐਵੇਂ ਟੇਢੀ ਚ ਕੱਢ ਕੇ ਖਲੋ ਜੋ, ਕਦੇ ਚੁੱਕਣਾ ਪਵਾਲੀ। ਇਕੱਲੀ ਦਾਣੀ ਇਹਨਾਂ ਦੇ ਪੂਰੇ ਲਾਣੇ ਦਾ ਹੀ ਇਹੀ ਹਾਲ ਹੈ। ਜੇ ਇਹੋ ਜਿਹੀ ਫਰੀਡਮ ਹੁੰਦੀ ਆ ਤਾਂ ਗੋਰਿਆਂ ਨੇ ਵੀ ਸਾਡੇ ਨਾਲ ਹੀ ਫਰੀਡਮ ਫਾਈਟਰ ਬਣ ਜਾਣਾ ਸੀ, ਫਿਰ ਕਹਿਣਗੇ ਸਾਡੇ 'ਚ ਟੈਲੈਂਟ ਹੈ। ਜੇ ਇਹ ਟੈਲੈਂਟ ਹੈ ਤਾਂ ਮੈਂ ਇੱਥੇ ਰੋਸਟਿੰਗ ਨਹੀਂ G20 ਦੀ ਸਮਿਤ ਕਰ ਰਿਹਾ। ਉਹ ਖੜੇ ਨੇ ਮੋਦੀ ਸਾਹਿਬ। ਆਫੀਸ਼ੀਅਲੀ ਇਹ ਪ੍ਰੈਸੀਡੈਂਸੀ ਜਾਰੀ ਔਰ ਵਿਕਾਸਸ਼ੀਲ ਦੇਸ਼ਾਂ ਕੋ ਮੁੱਦੋਂ ਕੋ ਪ੍ਰਾਥਮਿਕਤਾ। ਤੂੰ ਜਿੱਥੇ ਜਾਈ ਬੇਇੱਜ਼ਤੀ ਕਰਾਈ, ਅਗਲੇ ਨੇ ਵੀ ਸਮਝਾਇਆ ਆਪਣੀ ਘਰ ਵਾਲੀ ਨੂੰ ਕੋਈ ਝੋਟੇ ਖੜੇ ਤੋਂ ਤੇ ਮੋਦੀ ਛੜੇ ਤੋਂ ਜਿੰਨਾ ਦੂਰ ਹੋ ਸਿਹਤ ਲਈ ਉਨਾ ਚੰਗਾ, ਪਰ ਹਰ ਇੱਕ ਇਨਸਾਨ ਇਦਾਂ ਨਹੀਂ ਸੋਚਦਾ। ਕੁਝ ਹੈ ਜੋ ਬੰਦਿਆਂ 'ਚ ਬਿਲਕੁਲ ਫਰਕ ਨਹੀਂ ਕਰਦੇ। ਗੱਲ ਦਿਲ ਦੀ ਕਹਾਂ ਜੇ ਤੈਨੂੰ ਸੱਜਣਾ, ਇਹਨਾਂ ਅੱਖੀਆਂ ਨੇ ਫੋਨ ਤੇ ਨਹੀਂ ਰੱਜਣਾ।
ਭੈਣ ਦੀ ਜਾਵਿਆ ਖੱਲੀ ਤੇ ਰੇਮ ਸਟੂਡੀਓ ਇਕੱਠੇ ਚੱਲ ਬੀਜੇ ਤਾਂ ਸੈੱਟ ਪਰ ਡੋਗੀ ਚੋਖਾ ਹੋ ਜੂ ਸਾਹਮਣੇ ਦਿਲਾਂ ਦੇ ਰਾਜ਼ ਜਾਣਨੇ ਕੁੜੀਏ ਥੋੜਾ ਡਰ ਵੀ ਨਹੀਂ ਹੈਗਾ ਤੇਰੇ ਦੀਦਿਆਂ ਚ ਸਾਲਾ ਕਿਸ ਵੀ ਰੰਗ ਵਾਲੀ ਘੋੜੀ ਲਾ ਕੇ ਕਰਨੀ ਪਊ ਸਾਲਾ ਬੋਏਫ੍ਰੈਂਡ ਦੇ ਨਾਮ ਤੇ ਬਿਗਫੁੱਟ ਜੈਟ ਚੱਕੀ ਫਿਰਦੀ ਗੱਲ ਸੁਣ ਲਲਾਰੀ ਆਵੇ ਆ ਲੋਕ ਮੇਰੇ ਤੇ ਹੱਸਦੇ ਸਾਲਾ ਇੰਨੀ ਕ੍ਰੀਏਟਿਵਿਟੀ ਤਾਂ ਗਾਣਾ ਬਣਾਉਣ ਲੱਗੇ ਕਰਨ ਉਜਲੇ ਨੇ ਨਹੀਂ ਸੋਚੀ ਹੋਣੀ ਸਿੱਧਾ ਚੁੰਨੀ ਲੈ ਕੇ ਲਲਾਰੀ ਕੋ ਪਹੁੰਚ ਗਈ ਸ਼ੁਕਰ ਆ ਸੁਲਤਾਨ ਦਾ ਆ ਗਾਣਾ ਰੀਲਾਂ ਤੇ ਹਿੱਟ ਨਹੀਂ ਹੋਇਆ ਲੈਣ ਜਿਹੜਾ ਹੇਟਰਾਂ ਨੇ ਪਟਣਾ ਤਾਂ ਵਿਊ ਲੈਣ ਲਈ ਪਤਾ ਨਹੀਂ ਕਿਹਦਾ ਪੁੱਟਣ ਤੁਰ ਪੈਂਦੀ ਸੁਣ ਲਾ ਵੀ ਰਿੱਟੂ ਸੀਮ ਚਾਹੀਦੀ ਵਾਲਾ ਫੋਟੋ ਵੀ ਫਰਾਰੀ ਲਾਲ ਦੀ ਲਲਾਰੀ ਵੀ ਸੋਚਦਾ ਹੋਣਾ ਮਾਦਰ ਚੋ ਦੀਦੀ ਫੋਟੋ ਦੇ ਨਾਮ ਤੇ ਕਲਾਸਮੇਟ ਨੋਟਬੁੱਕ ਦਾ ਪੇਜ ਫੜਾਈ ਜਾਂਦੀ ਫੋਟੋ ਵੀ ਫਰਾਰੀ ਲਾਲ ਦੀ ਓ ਤੇਰੀ ਕੁੜੀ ਨੂੰ ਜਾਂ ਜਾ ਟੁਰ ਜਾ ਠੀਆ ਉਧਰ ਕਹਿੰਦੇ ਕੁੱਲੜ ਪੀਜੀ ਵਾਲੇ ਫਿਰ ਲੜ ਪਏ ਕੀ ਕੁੱਲੜ ਪੀਜੀ ਵਾਲੇ ਪੈ ਮਾਡਲ ਟਾਊਨ ਜਾ ਕੇ ਵਸੂਲੀ ਇੰਨੇ ਕਰਿਆ ਕਰਨੀ ਸੀ ਸੋਚਿਆ ਸੀ ਪਾਪਾ ਬਣ ਗਿਆ ਹੁਣ ਸੁਧਰ ਜੂ ਪਰ ਇਹ ਤਾਂ ਹੋਰ ਵਿਗੜ ਗਿਆ ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਗੀ ਕੋਦੀ ਚੱਕਿਆ ਕਰੇਗੀ ਜਦੋਂ ਮੁੰਡਾ ਜੱਟ ਕਿਉਂ ਮੁੰਡਾ ਕਿਉਂ ਕੁੜੀ ਕਿਉਂ ਨੀ ਸਾਲਾ ਕੁੜੀ ਦੇ ਨਾਂ ਤੇ ਦੁਕਾਨ ਚਲਾ ਕੇ ਕੁੜੀ ਦੇ ਨਾਂ ਤੇ ਵਲੌਗ ਚੈਨਲ ਬਣਾ ਕੇ ਕੁੜੀ ਦੇ ਨਾਂ ਤੇ ਰੈਸਟੋਰੈਂਟ ਪਾ ਕੇ ਤੇ ਹੁਣ ਚਾਹੀਦਾ ਮੁੰਡਾ ਚੱਲ ਮੈਂ ਸੋਚਿਆ ਸੀ ਇੱਕ ਵਾਰੀ ਰੀਲ ਪਾਤੀ ਹੋਊ ਚੱਲ ਗਲਤੀ ਨਾਲ ਪਾਤੀ ਜਾਂ ਉਦਾਂ ਗਾਣਾ ਵਧੀਆ ਲੱਗਾ ਤਾਂ ਪਾਤੀ ਪਰ ਦੂਜੀ ਵਾਰੀ ਉਹ ਗਾਣਾ ਪਾਇਆ ਤਾਂ ਮੈਂ ਬਾਕੀ ਸਾਰੀ ਰੀਲਾਂ ਵੀ ਚੈੱਕ ਕੀਤੀਆਂ ਕਿਸੇ ਜੀ ਵੀ ਇਹਦਾ ਕੋਈ ਰਿਪਲਾਈ ਨਹੀਂ ਆਇਆ ਤੇ ਕਿਸੇ ਜੀ ਵੀ ਦੱਸਿਆ ਕਿ ਨਹੀਂ ਨਹੀਂ ਸਾਨੂੰ ਕੁੜੀ ਜਾਂ ਮੁੰਡੇ 'ਚ ਕੋਈ ਫਰਕ ਨਹੀਂ ਸਾਲ ਕੁ ਪਹਿਲਾਂ ਲੱਛਣ ਨੇ ਦੀਮ ਠਾਰੂ ਵੀ ਕਰਦਾ ਸੀ ਤੇ ਹੋਇਆ ਉਹ ਜੋ ਰੱਬ ਨੂੰ ਮਨਜ਼ੂਰ ਹੈ ਤੇ ਹੁਣ ਉਹ ਲੱਗਾ ਦੂਜੀ ਟਰਾਈ ਤੇ ਤਾਂ ਹੁਣ ਵੀ ਉਹੀ ਹੋਣਾ ਜੋ ਰੱਬ ਨੂੰ ਮਨਜ਼ੂਰ ਗਰੋ ਅਪ ਬੜੀ ਗਰੋ ਅਪ ਵੈਸੇ ਕੁਲੜ ਪੀਜੇ ਵਾਲਾ ਕਪਲ ਬਹੁਤ ਅੱਗੇ ਜਾਊ ਜਿੱਥੇ ਵੀ ਜਾਊ ਕਹਿਣਗੇ ਜਾ 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 ਇਹੋ ਜਿਹੇ ਦੇ ਕਮੈਂਟ ਦੇ ਥੱਲੇ ਕਮੈਂਟ ਆ ਰਹੇ ਹੁੰਦੇ ਨੇ ਡਿਸਰਿਸਪੈਕਟ ਬਟਨ ਹੇਅਰ ਤੇ ਇਹੋ ਜਿਹੇ ਨੂੰ ਸਾਇਲੈਂਟ ਜਾ ਕੇ ਵੀ ਮਿਲਦੇ ਨੇ ਮੁੰਡੇ ਤੇ ਫਿਰ ਕੀ ਕਹਿਣਗੇ ਇਹਨਾਂ ਦੀ ਸਪੋਰਟ ਕਰੋ ਸਪੋਰਟ ਨੂੰ ਇਹਨਾਂ ਦੀ ਦੁਕਾਨ ਦੇ ਬਾਹਰ ਅੱਖਾਂ ਦਾ ਕੈਂਪ ਲਵਾ ਦਈਏ ਦੁਨੀਆ ਪਹੁੰਚ ਗਈ ਚੰਨ ਤੇ ਤੁਸੀਂ ਵੀ ਸੋਚ ਨੂੰ ਕਰੋ ਥੋੜਾ ਚੋੜਾ ਨਹੀਂ ਤਾਂ ਫਰੈਸ਼ ਫੂਡ ਵਾਲੇ ਇਦਾਂ ਹੀ ਦਿੰਦੇ ਰਹਿਣਗੇ ਖੱਟਾ ਮਿੱਠਾ ਤੇ ਕੋੜਾ ਲੋੜਾ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਕਿਵੇਂ ਲੱਗੀ ਤੁਹਾਨੂੰ ਵੀਡੀਓ ਪਲੀਜ਼ ਮੈਨੂੰ ਕਮੈਂਟ 'ਚ ਦੱਸ ਦਿਓ ਤੇ ਵੀਡੀਓ ਲਾਈਕ ਕਿਉਂ ਰੱਖਦੇ ਆ ਜੀ 11,000 ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਏ ਬਾਏ ਟੇਕ ਕੇਅਰ